ਤੁਸੀਂ ਦੇਖ ਰਹੇ ਹੋ ਜੀ ਚੈਨਲ ਇੰਡੀਆ ਕ੍ਰਾਈਮ ਨਿਊਜ਼ ਔਰ ਮੈਂ ਹਾਂ ਪੱਤਰਕਾਰ ਕੁਲਦੀਪ ਸਿੰਘ ਹੈਪੀ ਔਰ ਮੇਰੇ ਨਾਲ ਬਲਕਾਰ ਸਿੰਘ। ਸੋ ਅੱਜ ਅਸੀਂ ਪਹੁੰਚੇ ਹਾਂ ਜੀ ਬਲਬੀਰ ਪੰਨੂ ਹਲਕਾ ਫਤਿਹਗੜ੍ਹ ਚੂੜੀਆਂ ਉਹਨਾਂ ਦੇ ਗ੍ਰਹਿ ਵਿਖੇ ਪਹੁੰਚੇ ਹਾਂ। ਸਾਰੇ ਉਹਨਾਂ ਦੇ ਸਮਰਥਕ ਵੱਖ ਵੱਖ ਪਿੰਡਾਂ ਦੇ ਪੂਰੇ ਫਤਿਹਗੜ੍ਹ ਚੂੜੀਆਂ ਜਿੰਨਾ ਕੁ ਦਾ ਹਲਕਾ ਸਾਰੇ ਪਿੰਡਾਂ ਤੋਂ ਉਹਨਾਂ ਨੂੰ ਵਧਾਈਆਂ ਦੇਣ ਵਾਸਤੇ ਸਾਰੇ ਪਹੁੰਚ ਰਹੇ ਨੇ ਔਰ ਬੜੀ ਤਗੜੀ ਜਿੱਤ ਦੇ ਨਾਲ ਅਕਾਲੀ ਹਾਰ ਕੇ ਕਾਂਗਰਸ ਹਾਰ ਕੇ ਜਿੱਤ ਪ੍ਰਾਪਤ ਕੀਤੀ ਹੈ ਅਤੇ ਆਮ ਪਾਰਟੀ ਨੇ ਕੀਤੀ ਹੈ। ਵੱਡੇ ਵੱਡੇ ਧਨਾੜ ਜਿਹੜੇ ਕਿ ਬਾਬਾ ਬੋੜ ਮੰਨੇ ਜਾਂਦੇ ਨੇ ਆਪਣੀ ਸਿਆਸਤ ਦੇ ਵਿੱਚ, ਗੱਲ ਕਰੀਏ ਤਾਂ ਪ੍ਰਕਾਸ਼ ਸਿੰਘ ਬਾਦਲ ਦੀ, ਸੁਖਬੀਰ ਸਿੰਘ ਬਾਦਲ ਦੀ, ਕੈਪਟਨ ਦੀ ਗੱਲ ਕਰੀਏ ਔਰ ਜਿਨ੍ਹਾਂ ਨੇ ਬੱਕਰੀ ਦਾ ਦੁੱਧ ਵੀ ਚੋਇਆ, ਜਿਹੜਾ ਕਹਿੰਦਾ ਮੈਂ ਮੰਜੀਆਂ ਵੀ ਬੁਣ ਲੈਣਾ ਉਹ ਵੀ ਚੋਰਾ ਮੰਜੀਆਂ ਬਣ ਜੋਗਾ ਰਹਿ ਗਿਆ। ਅੱਜ ਸਰਕਾਰ ਬਣੀ ਹੈ ਅਤੇ ਆਮ ਪਾਰਟੀ ਦੇ ਵਰਕਰਾਂ ਦੀ ਬਣੀ ਹੈ। ਸੋ ਆਓ ਉਹਨਾਂ ਨੂੰ ਪੁੱਛਦੇ ਹਾਂ ਕਿ ਉਹਨਾਂ ਦਾ ਕਿਵੇਂ ਮਨ 'ਚ ਆਇਆ ਅਤੇ ਕਿਵੇਂ ਬਦਲਾਅ ਚਾਹੁੰਦਾ। ਜੋ ਸਭ ਤੋਂ ਪਹਿਲਾਂ ਸਾਡੇ ਪਤਵੰਤੇ ਸੱਜਣੇ ਆ ਜਿਹੜੇ ਵੱਖ ਵੱਖ ਪਿੰਡਾਂ ਤੋਂ ਆਏ। ਹਾਂਜੀ ਭਾਅ ਜੀ, ਤੁਹਾਡੇ ਤੋਂ ਸ਼ੁਰੂ ਕਰਦੇ ਹਾਂ, ਕਿਹੜੇ ਪਿੰਡ ਤੋਂ ਆਏ ਹੋ ਦੱਸੋ? ਢਡਿਆਲੇ ਨਾਥ ਪਿੰਡ ਤੋਂ ਜੀ। ਕੀ ਮਹਿਸੂਸ ਹੋ ਰਿਹਾ ਤੁਹਾਨੂੰ ਅੱਜ? ਬਹੁਤ ਖੁਸ਼ੀ ਹੋ ਰਹੀ ਹੈ ਜੀ, ਸਾਡੇ ਪੰਨੂ ਸਾਹਿਬ ਸਾਡੀ ਆਮ ਆਦਮੀ ਪਾਰਟੀ ਬਦਲਾਅ ਚਾਹੁੰਦੇ ਹਾਂ, ਬਦਲਾਅ ਆ ਗਿਆ ਜੀ। ਲਓ ਜੀ, ਕਹਿੰਦੇ ਜੀ ਬਦਲਾਅ ਚਾਹੁੰਦੇ ਸੀ, ਬਦਲਾਅ ਆ ਗਿਆ, ਚਲੋ ਨਾਲ ਨਾਲ ਗੱਲ ਕਰਦੇ ਹਾਂ। ਹਾਂਜੀ ਵੀਰ ਜੀ, ਤੁਸੀਂ ਗੱਲ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਅ ਜੀ, ਅਸੀਂ ਬਹੁਤ ਵੱਡੀ ਜਿੱਤ ਨਾਲ ਪੰਨੂ ਸਾਹਿਬ ਨੂੰ ਆਪਣੇ ਢਡਿਆਲੇ ਨੱਤ ਤੋਂ ਜਿਤਾਇਆ। ਇਸ ਸਰਕਾਰਾਂ ਤੋਂ ਦੁਖੀ ਹੋਏ ਹਾਂ, ਇਹ ਦੋਵਾਂ ਸਰਕਾਰਾਂ ਤੋਂ ਆਮ ਪਾਰਟੀ ਨੂੰ ਵੱਡੀ ਲੀਟ ਨਾਲ ਜਿਤਾਇਆ। ਵਾਹਿਗੁਰੂ ਜੀ ਕਾ ਖਾਲਸਾ। ਕਿਉਂਕਿ ਕਹਿੰਦੇ ਜੀ ਅਸੀਂ ਸਰਕਾਰਾਂ ਤੋਂ ਦੁਖੀ ਹੈ, ਇਕੱਲੇ ਸਰਕਾਰਾਂ ਤੋਂ ਦੁਖੀ ਨਹੀਂ ਆ, ਸਾਰਾ ਪੰਜਾਬ ਸਰਕਾਰਾਂ ਦੁਖੀ ਸੀ, ਤਾਂ ਕਰਕੇ ਇਹ ਬਦਲਾਅ ਲਿਆਂਦਾ। ਆਓ ਸੋ ਨਾਲ ਨਾਲ ਸਾਡੇ ਪਿੰਡ ਦੇ ਢਡਿਆਲੇ ਨਾਲ ਤੋਂ ਵੀ ਪਹੁੰਚੇ ਨੇ, ਉਹਨਾਂ ਨਾਲ ਗੱਲ ਕਰੀਏ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਅਸੀਂ ਜੀ ਪੰਨੂ ਸਾਹਿਬ ਦੀ ਰੱਜ ਕੇ ਮਦਦ ਕੀਤੀ ਆ ਜੀ, ਸਾਨੂੰ ਬਦਲਾਓ ਚਾਹੀਦਾ, ਇਹ ਬਦਲਾਓ ਰੱਬ ਨੇ ਦੇ ਦਿੱਤਾ, ਬਹੁਤ ਮਿਹਰਬਾਨੀ ਇਹਨਾਂ ਦੀ। ਠੀਕ ਹੈ ਜੀ, ਆਓ ਜੀ ਤੁਸੀਂ ਜਰਾ, ਇਹ ਵੀ ਸਾਡੇ ਪਿੰਡ ਦੇ ਬਹੁਤ ਵਧੀਆ ਲੀਡਰ ਨੇ ਔਰ ਕੈਮਰੇ ਤੋਂ ਪਹਿਲਾਂ ਵੀ ਬਾਰੇ ਗੱਲਾਂ ਕਰਦੇ, ਹੁਣ ਜਿਹੜੀ ਗੱਲਾਂ, ਹੁਣ ਦੱਸੋ ਜੀ ਕਿਵੇਂ ਬਦਲਾ ਲਿਆ ਤੁਸੀਂ? ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਅਸੀਂ ਬਦਲਾਅ ਚਾਹੁੰਦੇ ਹਾਂ, ਬੜੇ ਚਿੱਦਾ ਚਾਹੁੰਦੇ, ਜੋ ਜੋ 2014 'ਚ ਮਿਹਨਤ ਕੀਤੀ, 17 'ਚ ਵੀ ਕੀਤੀ ਸੀ, ਐਰਕਾ ਵੀ 22 'ਚ ਬੜੀ ਕੀਤੀ ਆ, ਅਤੇ ਬਦਲਾਅ ਚਾਹੁੰਦੇ ਹਾਂ, ਬਦਲਾਅ ਆ ਗਿਆ। ਸਾਨੂੰ ਬਹੁਤ ਖੁਸ਼ੀ ਆ ਵੀ ਸਾਰੇ ਵੱਡੇ ਵੱਡੇ ਲੀਡਰ ਜਿਹੜੇ ਬਾਬਾ ਬੋੜ ਮੰਨੇ ਜਾਂਦੇ ਸਾਰੇ ਡਿੱਗ ਪਏ। ਇਸ ਕਰਕੇ ਅਸੀਂ ਗਾੜੀ ਚਾਹੁੰਦੇ ਹਾਂ, ਹੁਣ ਜੇ ਸਾਡੀ ਸਰਕਾਰ ਆਈ, ਚੰਗੇ ਕੰਮ ਕਰੀਏ, ਲੋਕਾਂ ਨੂੰ ਨਾਲ ਜੋੜੀਏ। ਇਹ ਜੀ ਆਉਣ ਵਾਲੇ ਸਾਡੇ ਚਿਹਰੇ ਜਿਹੜੇ ਕਿ ਵੱਖ ਵੱਖ ਨੌਜਵਾਨ ਨੇ, ਕਿਉਂਕਿ ਇਹ ਨੌਜਵਾਨਾਂ ਦੀ ਸੋਚ ਸੀ, ਇਹ ਨੌਜਵਾਨਾਂ ਨੇ ਬਦਲਾਅ ਲਿਆਂਦਾ, ਸਾਰੇ ਨੇ ਲਿਆਂਦਾ, ਪਰ ਨੌਜਵਾਨਾਂ ਦੀ ਇਹ ਸੋਚ ਸੀ ਕਿ ਕੁਝ ਨਾ ਕੁਝ ਬਦਲਾਅ ਲਿਆਂਦਾ ਜਾਵੇ ਤਾਂ ਕਿ ਕੁਝ ਡਿਵੈਲਪਮੈਂਟ ਹੋ ਸਕੇ, ਪਿੰਡਾਂ ਪਿੰਡਾਂ ਦੇ ਵਿੱਚ ਕੋਈ ਨਵੀਂ ਸਿਚੁਏਸ਼ਨ ਜਾਂ ਨਵੇਂ ਕੋਈ ਜਿਨ੍ਹਾਂ ਨੂੰ ਸ਼ਹਿਰ ਜਾਣਾ ਪੈਂਦਾ, ਤੰਗੀ ਆਉਂਦੀ ਹੈ, ਸੋ ਖਾਸ ਕਰਕੇ ਗਰੀਬ ਲੋਕਾਂ ਨੂੰ, ਉਹਨਾਂ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਸੋ ਇਹ ਜਿਹੜੇ ਸਰਕਾਰ ਆਉਂਦੀ ਗਈ। ਸੋ ਆਓ, ਸਾਡੇ ਨਾਲ ਹੋਰ ਜੁੜੇ ਨੇ, ਉਹਨਾਂ ਨਾਲ ਗੱਲ ਕਰਦੇ। ਕੀ ਨਾਂ ਜੀ ਤੁਹਾਡਾ ਅਤੇ ਇੱਕ ਵਾਰੀ ਪੂਰਾ ਆਪਣਾ ਦੱਸਿਓ? ਮੈਂ ਜਸਪਾਲ ਸਿੰਘ, ਪਿੰਡ ਢਡਿਆਲਾ ਨੱਤ ਤੋਂ। ਆਪਾਂ ਬਹੁਤ ਖੁਸ਼ ਹਾਂ ਅੱਜ ਵੀ 90 ਤੋਂ ਪਾਰ ਸੀਟਾਂ ਲੈ ਕੇ ਆਮ ਆਦਮੀ ਪਾਰਟੀ ਸਰਕਾਰ ਬਣਾ ਰਹੀ ਆ। ਅਸੀਂ ਇਹੀ ਚਾਹੁੰਦੇ ਸੀ ਵੀ ਸਾਨੂੰ ਕਿਸੇ ਦੀ ਹੋਰ ਲੋੜ ਨਾ ਪਵੇ, ਬਿਲਕੁਲ ਨਿਰਪੱਖ ਸਰਕਾਰ ਬਣਾਈਏ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ, ਜੋ ਕਿ ਉਹ ਸਾਡੀ ਬਹੁਤ ਖੁਸ਼ੀ ਹੋਈ ਹੈ, ਬਹੁਤ ਉਹ ਕੰਮ ਪੂਰਾ ਹੋ ਗਿਆ ਜੀ। ਅੱਜ ਅਸੀਂ ਬਿਲਕੁਲ ਨਿਰਪੱਖ ਸਰਕਾਰ ਬਣਾ ਲਈ ਆ। ਸਾਡੇ ਸੂਝਵਾਨ ਅਤੇ ਨਡਰ ਲੀਡਰ ਬਲਵੀਰ ਸਿੰਘ ਪੰਨੂ, ਜਿਨ੍ਹਾਂ ਨੇ ਬਹੁਤ ਮਿਹਨਤ ਕੀਤੀ ਆ, ਆਪਾਂ ਉਹਨਾਂ ਨੂੰ ਜਿੱਤੇ ਸਮਝਦੇ ਹਾਂ। ਉਹ ਹਲਕੇ 'ਚ 5 ਸਾਲ ਪੂਰਾ ਵਧੀਆ ਕੰਮ ਕਰਨਗੇ ਅਤੇ ਅਗਲੀ ਵਾਰੀ ਜਿਹੜਾ ਰਹਿ ਗਏ ਕੰਮ ਇਹ ਵੀ ਝਾੜ ਦੇਣਗੇ, ਅਤੇ 5 ਸਾਲ ਆਮ ਆਦਮੀ ਪਾਰਟੀ ਨੇ ਵਧੀਆ ਕੰਮ ਕਰਕੇ ਅਤੇ ਸਾਰੇ ਖਤਮ ਕਰ ਦੇਣੇ ਜਿਹੜੇ ਬੋਰਡ 1-2 ਰਹਿ ਗਏ ਆ। ਸੋ ਜਿਵੇਂ ਇਲੈਕਸ਼ਨ ਦਾ ਦੌਰ ਲੰਘਿਆ, ਅਸੀਂ ਕਹਿ ਸਕਦੇ 5 ਸਾਲ, ਇਹ ਮੇਰਾ ਖਿਆਲ 25 ਸਾਲ ਨਹੀਂ ਜਾਵੇਗੀ ਜੇ ਇਹ ਵੀ ਚੰਗੇ ਕੰਮ ਕਰਨਗੇ ਤੇ। ਸੋ ਨਾਲ ਨਾਲ ਆਓ, ਅੱਜ ਤਾਂ ਹੋਰ ਵੀ ਸੰਗਤ ਜੁੜੀ ਹੈ, ਸੋ ਆਓ ਨਾਲ ਨਾਲ ਗੱਲ ਕਰਦੇ ਹਾਂ। ਇਹ ਕੁਝ ਬੰਦ ਕਰ ਹਾਂਜੀ, ਆਓ ਜੀ ਸੁਣਦੇ। ਹਾਂਜੀ ਵੀਰ ਜੀ, ਤੁਸੀਂ ਕਿਹੜੇ ਪਿੰਡ ਹੋਏ ਜੀ? ਮੈਂ ਬਿਜਲੀਵਾਲ ਤੋਂ। ਬਿਜਲੀਵਾਲ ਤੋਂ ਕਿਵੇਂ ਤੁਹਾਡੇ ਮਨ 'ਚ ਆ ਵੀ ਆਪਾਂ ਬਦਲਾਅ ਚਾਹੁੰਦੇ ਹਾਂ? ਵੀ ਦੁੱਖ, ਦੁਖੀ ਹੋਏ ਲੋਕ ਦੋਨਾਂ ਪਾਰਟੀਆਂ ਤੋਂ। ਇਹਨਾਂ ਦੋਨਾਂ ਪਾਰਟੀਆਂ ਨੇ ਲੋਕਾਂ ਨੂੰ ਬਹੁਤ ਜ਼ਿਆਦਾ ਤੰਗ ਕੀਤਾ, ਕਿਸੇ ਦਾ ਕੰਮ ਕਾਰ ਨਹੀਂ ਕੀਤਾ, ਅਤੇ ਲੋਕ ਦੁਖੀ ਹੋ ਕੇ ਜਿਹੜਾ ਸੀ ਉਹ ਬਦਲਾਅ ਚਾਹੁੰਦੇ ਸੀਗੇ, ਅਤੇ ਬਦਲਾਅ ਜਿਹੜਾ ਹੋਇਆ ਵਾ ਬਹੁਤ ਵਧੀਆ ਹੋਇਆ ਆ, ਬਹੁਤ ਵੱਡੀ ਲੀਡ ਨਾਲ ਹੋਇਆ। ਸੋ ਬਹੁਤ ਵਧੀਆ ਗੱਲ। ਸੋ ਆਓ, ਹੋਰ ਵੀ ਨਾਲ ਸਾਡੇ ਨਾਲ ਜੁੜੇ ਨੇ। ਹਾਂਜੀ, ਕਿਹੜੇ ਪਿੰਡ ਆਇਆ ਜੀ ਤੁਸੀਂ? ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅਸੀਂ ਪਿੰਡ ਦਾਦੂ ਜੋਤ ਸਪੀਕਰ ਨਰਮਾ ਸਿੰਘ ਕਾਲੋ ਦੇ ਪਿੰਡ ਤੋਂ ਆਏ ਆ। ਕੁਦਰਤ ਨੇ ਕਿਰਪਾ ਕੀਤੀ ਆ ਅਤੇ ਐਡਾ ਵੱਡਾ ਮੈਦਾਨ ਫਤਿਹ ਹੋਇਆ
क्योंकि ये वड्डा मैदान फतेह करन वास्ते कुदरत दा हाथ होना लाजमी सीगा और जरूरी सीगा और बहुत वड्डे दिग्गज नेता जिहड़े ने अज जमीन ते डिग पए ने और जित किहदी होई आ सच ते सच्चाई दी ते असीं ये चाहुंदे आ कि इस तों बाद ये पार्टी जिहड़ी आ आम आदमी पार्टी दे लीडर जिहड़े ने जिहड़ा साडा कि वीर फौजी वीर आ जिहड़ा और इमानदारी दे नाल अगे आउण वास्ते इन्हां ने कोशिश की और इन्हां ने ये अज जिते ने बहुत वड्डी लीड च जिते ने असीं ते इस गल नूं मन्नदे आ कि बहुत वड्डी लीड च जिते ने परमात्मा ने इन्हां दे उत्ते एड्डी वड्डी कृपा की आ कि पार्टी नूं पंजाब वल्लों एक पूरे वर्ल्ड दे विच संदेशा दे दिता गया और पूरे हिंदुस्तान नूं पता लग गया कि पंजाब जिथे खलो गया पंजाब एक बार उधर नूं हो जांदा फिर किसी का अगा पिछा नहीं वेखदा वह अगे नूं एडवांस करदा जांदा। सो क्या पता बहुत वधिया गल है जी। सो इधर बलबीर पन्नू साहब भी पहुँच गए ने सो उन्हां नाल भी आओ गल करते हैं। सो नाल उन्हां दे समर्थक उन्हां नूं वधाइयां देण वास्ते पहुँचे। सो आओ गल करते हैं जी। तुहानूं किवें महसूस हो रहा अज्ज? वेखो जी, पंजाब दी संगत ने बहुत वधिया फैसला किया। जिहड़े पुराने अपने आप नूं धराड़ लीडर समझदे सी, जिहड़े पूरे पंजाब नूं कहिंदे सी वी असीं चला सकदे आ, उह भुल चुके सी वी संगत दे हत्थ दे विच पावर है। ये संगत का फैसला, ये संगत ने अपना सच का फैसला करके दे दिता। हुण आम आदमी पार्टी पंजाब दे विच जो भी वादे किए ने चंगे वास्ते काम करेगी और काम करके पंजां सालां दे विच इहो जिहे काम करके देगी कि घर घर जा के किसी नूं हाथ जोड़ के वोटां मंगण की लोड़ नहीं पवेगी। लोग तकरीबन पूरे पंजाब की संगत 117 सीटां दे नाल 2027 ਦੇ ਵਿੱਚ ਜਾ ਕੇ 117 ਦੀਆਂ 17 ਸੀਟਾਂ ਦੇ ਕੇ ਆਮ ਆਦਮੀ ਪਾਰਟੀ ਨੂੰ ਬਹੁਮਤ ਮਿਲੇਗਾ ਜੀ। ਸੋ ਤੁਸੀਂ ਦੇਖ ਰਹੇ ਸੀ, ਇਹ ਸੀ ਬਲਬੀਰ ਪੰਨੂ ਹਲਕਾ ਫਤਿਹਗੜ੍ਹ ਚੂੜੀਆਂ ਸੋਨ ਦੇ ਸਮਰਥਕ ਵੱਖ ਵੱਖ ਪਿੰਡਾਂ ਤੋਂ ਉਹਨਾਂ ਨੂੰ ਵਧਾਈ ਦੇਣ ਵਾਸਤੇ ਪਹੁੰਚੇ ਨੇ। ਤੁਸੀਂ ਦੇਖਦੇ ਹੋ ਜੀ ਚੈਨਲ ਇੰਡੀਆ ਕ੍ਰਾਈਮ ਨਿਊਜ਼ ਔਰ ਮੈਂ ਹਾਂ ਪੱਤਰਕਾਰ ਕੁਲਦੀਪ ਸਿੰਘ ਹੈਪੀ ਮੇਰੇ ਨਾਲ ਬਲਕਾਰ ਸਿੰਘ। ਸੋ ਮਿਲਦੇ ਹਾਂ ਅਗਲੀ ਖਬਰ ਦੇ ਨਾਲ। ਤੁਸੀਂ ਦੇਖਦੇ ਰਹੋ ਜੀ ਚੈਨਲ ਇੰਡੀਆ ਕ੍ਰਾਈਮ ਨਿਊਜ਼। ਇੰਡੀਆ ਕ੍ਰਾਈਮ ਨਿਊਜ਼, जुल्म के खिलाफ जंग। आप देख रहे हैं इंडिया क्राइम न्यूज।